ਇਹ ਸਰ ਅੱਜ ਸਵੇਰੇ 4 ਕੁ ਵਜੇ ਦੇ ਕਰੀਬ ਸਾਡੀ ਇੱਥੋਂ ਬੰਨੇ ਦੀ ਮੇਰੀ ਜੈਲ ਪੋਸਟ ਆ GRP ਚਾਵਾ। ਚਾਵੇ ਨੂੰ ਸਰ ਔਨ ਡਿਊਟੀ SM ਨੇ ਵੀਮੋ ਦਿੱਤੀ ਸੀ ਵੀ ਕਿਸੇ ਗੱਡੀ ਦੇ ਵਿੱਚੋਂ ਨਾਮ ਰੂਮ ਗੱਡੀ 'ਚੋਂ ਮਤਲਬ ਦੋ ਜਵਾਨ ਨੇ ਜਿਹੜੇ ਥੱਲੇ ਡਿੱਗ ਕੇ ਜਾਨ ਬਾਹਰ ਹੋ ਗਏ ਨੇ, ਮਤਲਬ ਮਰ ਗਏ ਨੇ ਮੌਕਾ 'ਤੇ। ਅਤੇ ਚਾਵਾ ਤੋਂ ਜੀ PSI ਕੁਲਵੰਤ ਸਿੰਘ ਅਤੇ ਦਿਅੰਦਰ ਸਿੰਘ ਵਗੈਰਾ ਦੀ ਪਾਰਟੀ ਉੱਥੇ ਮੌਕੇ 'ਤੇ ਪਹੁੰਚੀ ਜੀ। ਮੇਰੇ SHO ਸਾਹਿਬ ਵੀ ਆ ਗਏ ਸੀਗੇ, ਮੈਂ ਵੀ ਮੌਕੇ 'ਤੇ ਮੌਜੂਦ ਸੀਗਾ ਜੀ। ਅਤੇ ਉੱਥੋਂ ਅਸੀਂ ਦੇਖਿਆ ਵੀ ਕਿਸੇ ਗੱਡੀ 'ਚੋਂ ਦੋ ਵਿਅਕਤੀ, ਇੱਕ ਤਾਂ ਡਿੱਗ ਕੇ ਲਾਈਨਾਂ ਦੇ ਵਿੱਚ ਪਿਆ ਸੀਗਾ, ਇੱਕ ਸਰ ਟਰੈਕ ਤੋਂ ਥੱਲੇ ਪਿਆ ਸੀਗਾ ਦੂਜਾ। ਚਲੋ ਅਸੀਂ ਉਹ ਕ੍ਰਮਵਾਰ ਉਹਨਾਂ ਦੀ ਫੋਟੋਗ੍ਰਾਫੀ ਵਗੈਰਾ ਮੌਕੇ ਦੀ ਕਰਕੇ ਉੱਥੋਂ ਚੱਕ ਕੇ ਸੇਫ ਜਗ੍ਹਾ 'ਤੇ, ਕਿਉਂਕਿ ਉਹ ਟਰੈਕ ਉੱਥੋਂ ਡੈਡੂ ਪਿੰਡ ਦੇ ਕੋਲੋਂ ਕਾਫੀ ਉੱਚਾ ਜੀ, ਧਰਤੀ ਤੋਂ ਧਰਾਤਲ ਤੋਂ, ਉੱਥੋਂ ਚੱਕ ਕੇ ਅਸੀਂ ਟਰੈਕ ਕਲੀਅਰ ਕਰਵਾ ਕੇ ਥੱਲੇ ਰੱਖੇ ਜੀ। ਮੁੱਢਲੀ ਕਾਰਵਾਈ ਕਰਨ ਉਪਰੰਤ ਅਸੀਂ ਲਾਸ਼ਾਂ ਦੋਨਾਂ ਦੀਆਂ ਜੀ ਮਤਲਬ ਸਿਵਲ ਹਸਪਤਾਲ ਖੰਨਾ ਮੋਰਚਰੀ ਲਾਤੀਆਂ ਨੇ 72 ਘੰਟੇ ਲਈ, ਕਿਉਂਕਿ ਉਹਨਾਂ ਦੋਨਾਂ ਦੇ ਕੋਲ ਸਰ ਕੋਈ ਇੱਦਾਂ ਦਾ ਡਾਕੂਮੈਂਟਸ ਵਗੈਰਾ ਜਾਂ ਫੋਨ ਵਗੈਰਾ ਨਹੀਂ ਸੀਗਾ ਵੀ ਜਿਸ ਤੋਂ ਉਹਨਾਂ ਦੀ ਕੋਈ ਸ਼ਨਾਖਤ ਬਣਦੀ ਹੋਵੇ। ਦੋਨੇ ਸਰ ਮੇਲ ਨੇ ਜੀ, ਲੱਗਦੇ ਪ੍ਰਵਾਸੀ ਨੇ, ਅਤੇ ਇੱਕ ਦੀ ਉਮਰ ਸਰ ਅਸੀਂ ਲਿਖੀ ਆ ਕਰੀਬ 30-35 ਸਾਲ, ਅਤੇ ਇੱਕ ਛੋਟਾ ਉਦੋਂ ਉਹ 28-30 ਸਾਲ ਦੇ ਦਰਮਿਆਨ। ਇਹ ਸਰ ਮਤਲਬ ਕੁਦਰਤੀ ਮੌਤਾਂ ਨੇ ਸਰ, ਕੁਦਰਤੀ ਮੌਤਾਂ ਅਧੀਨ ਪਹਿਲਾਂ ਅਸੀਂ 174 CRPC 'ਚ ਕਾਰਵਾਈ ਕਰਦੇ ਸੀਗੇ ਜੀ, ਹੁਣ 1-7 ਤੋਂ ਮਤਲਬ ਸੈਂਕਸ਼ਨਾਂ ਚੇਂਜ ਹੋਈਆਂ ਨੇ, ਹੁਣ ਅਸੀਂ 194 BNSS ਦੇ ਅਧੀਨ ਕਾਰਵਾਈ ਕਰਦੇ। ਪਛਾਣ ਲਈ ਸਰ ਅਸੀਂ 24 ਘੰਟੇ ਲਈ, ਸੋਰੀ 72 ਘੰਟੇ ਲਈ ਲਾਸ਼ਾਂ ਜਿਹੜੀਆਂ ਦੋਨੇ ਮੋਰਚਰੀ ਸਿਵਲ ਹਸਪਤਾਲ ਖੰਨਾ ਰਖਵਾ ਦਿੱਤੀਆਂ ਨੇ। 72 ਘੰਟੇ ਇੰਤਜ਼ਾਰ ਕਰਾਂਗੇ, 72 ਘੰਟੇ ਸਰ ਜੇ ਸ਼ਨਾਖਤ ਹੋ ਜਾਂਦੀ ਹੈ, ਸ਼ਨਾਖਤੀ ਬਿਆਨ ਲਿਖ ਕੇ ਵਾਰਸਾਂ ਦੇ ਲਾਸ਼ਾਂ ਉਹਨਾਂ ਦੇ ਹਵਾਲੇ ਕਰ ਦਾਂਗੇ ਪੋਸਟਮਾਰਟਮ ਕਰਵਾ ਕੇ। ਨਹੀਂ, 72 ਘੰਟੇ ਬੀਤਣ ਤੋਂ ਬਾਅਦ ਅਗਰ ਸਰ ਸ਼ਨਾਖਤ ਨਹੀਂ ਹੁੰਦੀ ਤਾਂ ਮਿਊਂਸਪਲ ਕਮੇਟੀ ਦੁਆਰਾ ਲਵਾਦ ਸਲਾਸਿਆਂ ਦਾ ਉਹਨਾਂ ਦੇ ਸਮਾਜਿਕ ਰੀਤੀ ਰਿਵਾਜ਼ਾਂ ਮੁਤਾਬਕ ਸੰਸਕਾਰ ਕਰਵਾ ਦਿਓ। ਇਹ ਸਰ ਅੱਜ ਸਵੇਰੇ 4 ਕੁ ਵਜੇ ਦੇ ਕਰੀਬ ਸਾਡੀ ਇੱਥੋਂ ਬੰਨੇ ਦੀ ਮੇਰੀ ਜੈਲ ਪੋਸਟ ਆ GRP ਚਾਵਾ। ਚਾਵੇ ਨੂੰ ਸਰ ਔਨ ਡਿਊਟੀ SM ਨੇ ਵੀਮੋ ਦਿੱਤੀ ਸੀ ਵੀ ਕਿਸੇ ਗੱਡੀ ਦੇ ਵਿੱਚੋਂ ਨਾਮ ਰੂਮ ਗੱਡੀ 'ਚੋਂ ਮਤਲਬ ਦੋ ਜਵਾਨ ਨੇ ਜਿਹੜੇ ਥੱਲੇ ਡਿੱਗ ਕੇ ਜਾਨ ਬਾਹਰ ਹੋ ਗਏ ਨੇ, ਮਤਲਬ ਮਰ ਗਏ ਨੇ ਮੌਕਾ 'ਤੇ। ਅਤੇ ਚਾਵਾ ਤੋਂ ਜੀ PSI ਕੁਲਵੰਤ ਸਿੰਘ ਅਤੇ ਦਿਅੰਦਰ ਸਿੰਘ ਵਗੈਰਾ ਦੀ ਪਾਰਟੀ ਉੱਥੇ ਮੌਕੇ 'ਤੇ ਪਹੁੰਚੀ ਜੀ। ਮੇਰੇ SHO ਸਾਹਿਬ ਵੀ ਆ ਗਏ ਸੀਗੇ, ਮੈਂ ਵੀ ਮੌਕੇ 'ਤੇ ਮੌਜੂਦ ਸੀਗਾ ਜੀ। ਅਤੇ ਉੱਥੋਂ ਅਸੀਂ ਦੇਖਿਆ ਵੀ ਕਿਸੇ ਗੱਡੀ 'ਚੋਂ ਦੋ ਵਿਅਕਤੀ, ਇੱਕ ਤਾਂ ਡਿੱਗ ਕੇ ਲਾਈਨਾਂ ਦੇ ਵਿੱਚ ਪਿਆ ਸੀਗਾ, ਇੱਕ ਸਰ ਟਰੈਕ ਤੋਂ ਥੱਲੇ ਪਿਆ ਸੀਗਾ ਦੂਜਾ। ਚਲੋ ਅਸੀਂ ਉਹ ਕ੍ਰਮਵਾਰ ਉਹਨਾਂ ਦੀ ਫੋਟੋਗ੍ਰਾਫੀ ਵਗੈਰਾ ਮੌਕੇ ਦੀ ਕਰਕੇ ਉੱਥੋਂ ਚੱਕ ਕੇ ਸੇਫ ਜਗ੍ਹਾ 'ਤੇ, ਕਿਉਂਕਿ ਉਹ ਟਰੈਕ ਉੱਥੋਂ ਡੈਡੂ ਪਿੰਡ ਦੇ ਕੋਲੋਂ ਕਾਫੀ ਉੱਚਾ ਜੀ, ਧਰਤੀ ਤੋਂ ਧਰਾਤਲ ਤੋਂ, ਉੱਥੋਂ ਚੱਕ ਕੇ ਅਸੀਂ ਟਰੈਕ ਕਲੀਅਰ ਕਰਵਾ ਕੇ ਥੱਲੇ ਰੱਖੇ ਜੀ। ਮੁੱਢਲੀ ਕਾਰਵਾਈ ਕਰਨ ਉਪਰੰਤ ਅਸੀਂ ਲਾਸ਼ਾਂ ਦੋਨਾਂ ਦੀਆਂ ਜੀ ਮਤਲਬ ਸਿਵਲ ਹਸਪਤਾਲ ਖੰਨਾ ਮੋਰਚਰੀ ਲਾਤੀਆਂ ਨੇ 72 ਘੰਟੇ ਲਈ, ਕਿਉਂਕਿ ਉਹਨਾਂ ਦੋਨਾਂ ਦੇ ਕੋਲ ਸਰ ਕੋਈ ਇੱਦਾਂ ਦਾ ਡਾਕੂਮੈਂਟਸ ਵਗੈਰਾ ਜਾਂ ਫੋਨ ਵਗੈਰਾ ਨਹੀਂ ਸੀਗਾ ਵੀ ਜਿਸ ਤੋਂ ਉਹਨਾਂ ਦੀ ਕੋਈ ਸ਼ਨਾਖਤ ਬਣਦੀ ਹੋਵੇ। ਦੋਨੇ ਸਰ ਮੇਲ ਨੇ ਜੀ, ਲੱਗਦੇ ਪ੍ਰਵਾਸੀ ਨੇ, ਅਤੇ ਇੱਕ ਦੀ ਉਮਰ ਸਰ ਅਸੀਂ ਲਿਖੀ ਆ ਕਰੀਬ 30-35 ਸਾਲ, ਅਤੇ ਇੱਕ ਛੋਟਾ ਉਦੋਂ ਉਹ 28-30 ਸਾਲ ਦੇ ਦਰਮਿਆਨ। ਇਹ ਸਰ ਮਤਲਬ ਕੁਦਰਤੀ ਮੌਤਾਂ ਨੇ ਸਰ, ਕੁਦਰਤੀ ਮੌਤਾਂ ਅਧੀਨ ਪਹਿਲਾਂ ਅਸੀਂ 174 CRPC 'ਚ ਕਾਰਵਾਈ ਕਰਦੇ ਸੀਗੇ ਜੀ, ਹੁਣ 1-7 ਤੋਂ ਮਤਲਬ ਸੈਂਕਸ਼ਨਾਂ ਚੇਂਜ ਹੋਈਆਂ ਨੇ, ਹੁਣ ਅਸੀਂ 194 BNSS ਦੇ ਅਧੀਨ ਕਾਰਵਾਈ ਕਰਦੇ। ਪਛਾਣ ਲਈ ਸਰ ਅਸੀਂ 24 ਘੰਟੇ ਲਈ, ਸੋਰੀ 72 ਘੰਟੇ ਲਈ ਲਾਸ਼ਾਂ ਜਿਹੜੀਆਂ ਦੋਨੇ ਮੋਰਚਰੀ ਸਿਵਲ ਹਸਪਤਾਲ ਖੰਨਾ ਰਖਵਾ ਦਿੱਤੀਆਂ ਨੇ। 72 ਘੰਟੇ ਇੰਤਜ਼ਾਰ ਕਰਾਂਗੇ, 72 ਘੰਟੇ ਸਰ ਜੇ ਸ਼ਨਾਖਤ ਹੋ ਜਾਂਦੀ ਹੈ,
ਸ਼ਨਾਖਤੀ ਬਿਆਨ ਲਿਖ ਕੇ ਵਾਰਸਾਂ ਦੇ ਲਾਸ਼ਾਂ ਉਹਨਾਂ ਦੇ ਹਵਾਲੇ ਕਰ ਦਾਂਗੇ ਪੋਸਟਮਾਰਟਮ ਕਰਵਾ ਕੇ। ਨਹੀਂ 72 ਘੰਟੇ ਬੀਤਣ ਤੋਂ ਬਾਅਦ ਅਗਰ ਸਰ ਸ਼ਨਾਖਤ ਨਹੀਂ ਹੁੰਦੀ ਤਾਂ ਮਿਊਂਸਪਲ ਕਮੇਟੀ ਦੁਆਰਾ ਲਵਾਦ ਸਲਾਸਿਆਂ ਦਾ ਉਹਨਾਂ ਦੇ ਸਮਾਜਿਕ ਰੀਤੀ ਰਿਵਾਜ਼ਾਂ ਮੁਤਾਬਕ ਸੰਸਕਾਰ ਕਰਵਾ ਦਿਓ।